ਕੀ ਕੁਰਕਰਿਆਂ ਦੇ ਵਿੱਚ ਪਲਾਸਟਿਕ ਹੁੰਦਾ ਹੈ? ਕੀ ਕੁਰਕਰੇ ਖਾਣਾ ਬੱਚਿਆਂ ਲਈ ਹਾਨੀਕਾਰਕ ਹੈ? ਕੀ ਹੈ ਕੁਰਕਰੇ ਦੀ ਅਸਲ ਸੱਚਾਈ? ਆਓ ਪੂਰੀ ਜਾਣਕਾਰੀ ਦਿੰਦੇ ਹਾਂ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ। ਦੱਸ ਦਈਏ ਕਿ ਕਾਫੀ ਲੋਕਾਂ ਨੂੰ ਅਜਿਹਾ ਲੱਗਦਾ ਹੈ ਕਿ ਕੁਰਕਰਿਆਂ ਦੇ ਵਿੱਚ ਪਲਾਸਟਿਕ ਪਾਇਆ ਜਾਂਦਾ ਹੈ, ਪਰ ਦੱਸ ਦਈਏ ਕਿ ਇਹ ਇੱਕ ਮਿੱਥ ਹੈ। ਲੋਕਾਂ ਦਾ ਮੰਨਣਾ ਹੈ ਕਿ ਕੁਰਕਰਿਆਂ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਉਹਨਾਂ ਨੂੰ ਅੱਗ ਲੱਗ ਜਾਂਦੀ ਹੈ ਕਿਉਂਕਿ ਉਹਨਾਂ ਦੇ ਵਿੱਚ ਪਲਾਸਟਿਕ ਪਾਇਆ ਜਾਂਦਾ ਹੈ। ਪਰ ਅੱਜ ਇਸ ਚੀਜ਼ ਦਾ ਤੁਹਾਨੂੰ ਖੁਲਾਸਾ ਕਰਨ ਜਾ ਰਿਹਾ ਕਿ ਆਖਰ ਕੁਰਕਰੇ ਨੂੰ ਅੱਗ ਕਿਵੇਂ ਲੱਗਦੀ ਹੈ। ਸੋ ਪੂਰੀ ਜਾਣਕਾਰੀ ਦੇਵਾਂਗੇ ਵੀਡੀਓ ਦੇ ਮਾਧਿਅਮ ਦੇ ਰਾਹੀਂ। ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਨਾਲ ਹੀ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਦੇ ਜਾਣਾ ਤਾਂ ਜੋ ਹਰ ਇੱਕ ਦਾ ਵਹਿਮ ਜਿਹੜਾ ਉਹ ਦੂਰ ਹੋ ਸਕੇ। ਦੱਸ ਦਈਏ ਕਿ ਕਾਫੀ ਲੋਕਾਂ ਦਾ ਮੰਨਣਾ ਹੈ ਕਿ ਕੁਰਕਰੇ ਦੇ ਵਿੱਚ ਪਲਾਸਟਿਕ ਪਾਇਆ ਜਾਂਦਾ ਹੈ ਜੋ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ ਹੈ। ਹਾਲਾਂਕਿ ਇਹ ਚੀਜ਼ ਜਿਹੜੀ ਹੈ ਝੂਠੀ ਹੈ, ਕੁਰਕਰੇ ਦੇ ਵਿੱਚ ਪਲਾਸਟਿਕ ਨਹੀਂ ਪਾਇਆ ਜਾਂਦਾ। ਹੋ ਸਕਦਾ ਹੈ ਕਿ ਜਿਹੜੇ ਮਸਾਲੇ ਉਸ ਦੇ ਵਿੱਚ ਪਾਏ ਨੇ ਉਹ ਬੱਚਿਆਂ ਲਈ ਜ਼ਰੂਰ ਹਾਨੀਕਾਰਕ ਹੋ ਸਕਦੇ ਨੇ, ਪਰ ਉਸ ਦੇ ਵਿੱਚ ਪਲਾਸਟਿਕ ਜਿਹੜਾ ਹੈ ਬਿਲਕੁਲ ਵੀ ਨਹੀਂ ਪਾਇਆ ਜਾਂਦਾ। ਇਹ ਇੱਕ ਮਿੱਥ ਬਣਿਆ ਹੋਇਆ ਹੈ ਕਿ ਕੁਰਕਰੇ ਨੂੰ ਅੱਗ ਲਾਉਣ ਦੇ ਨਾਲ ਉਸਨੂੰ ਅੱਗ ਤਾਂ ਲੱਗਦੀ ਹੈ ਕਿਉਂਕਿ ਉਸ ਦੇ ਵਿੱਚ ਪਲਾਸਟਿਕ ਹੈ। ਪਰ ਜੇਕਰ ਤੁਸੀਂ ਕਦੇ ਧਿਆਨ ਨਾਲ ਦੇਖੋ, ਕਿਸੇ ਵੀ ਪਾਪੜ ਨੂੰ ਅੱਗ ਲਗਾ ਕੇ ਦੇਖ ਲਓ ਤਾਂ ਉਸ ਦੇ ਵਿੱਚ ਵੀ ਅੱਗ ਲੱਗ ਜਾਵੇਗੀ। ਇਹ ਸਿਰਫ ਕੁਝ ਮਸਾਲੇ ਹੁੰਦੇ ਨੇ ਜਿਨ੍ਹਾਂ ਕਰਕੇ ਅੱਗ ਲੱਗ ਜਾਂਦੀ ਹੈ, ਜਾਂ ਫਿਰ ਕਿਸੇ ਵੀ ਖਾਣ ਵਾਲੀ ਚੀਜ਼ ਨੂੰ ਆਸਾਨੀ ਦੇ ਨਾਲ ਅੱਗ ਜਿਹੜੀ ਹੈ ਲੱਗ ਜਾਂਦੀ ਹੈ। ਅਸੀਂ ਕਈ ਵਾਰ ਹੋਰ ਵੀ ਚੀਜ਼ਾਂ ਦੇਖਦੇ ਹਾਂ ਜਿਨ੍ਹਾਂ ਨੂੰ ਅੱਗ ਲੱਗ ਜਾਂਦੀ ਹੈ। ਜੇਕਰ ਤੁਸੀਂ ਪਾਪੜ ਦੇਖੋ, ਪਾਪੜ ਨੂੰ ਕਦੇ ਅੱਗ ਲਗਾ ਕੇ ਦੇਖੋ ਤਾਂ ਉਸਨੂੰ ਲੱਗ ਜਾਵੇਗੀ। ਪਰ ਇਹ ਕਹਿਣਾ ਬਿਲਕੁਲ ਹੀ ਗਲਤ ਹੈ ਕਿ ਕੁਰਕਰਿਆਂ ਦੇ ਵਿੱਚ ਪਲਾਸਟਿਕ ਪਾਇਆ ਜਾਂਦਾ। ਕੁਰਕਰਿਆਂ ਦੇ ਵਿੱਚ ਅਜਿਹਾ ਕੁਝ ਨਹੀਂ ਹੁੰਦਾ। ਸੋ ਕਈ ਲੋਕ ਕਹਿੰਦੇ ਨੇ ਕਿ ਪਲਾਸਟਿਕ ਵਾਲੇ ਕੁਰਕਰੇ ਜਿਹੜੇ ਬੱਚੇ ਖਾਂਦੇ ਨੇ ਉਹਨਾਂ ਲਈ ਹਾਨੀਕਾਰਕ ਹੈ, ਅਜਿਹਾ ਨਹੀਂ ਹੈ। ਹਾਲਾਂਕਿ ਮਸਾਲੇ ਜਿਹੜੇ ਨੇ ਹਾਨੀਕਾਰਕ ਹੋ ਸਕਦੇ ਨੇ। ਸੋ ਜੇਕਰ ਤੁਹਾਡੇ ਵੀ ਬੱਚੇ ਕੁਰਕਰੇ ਖਾਣ ਦੇ ਸ਼ੌਕੀਨ ਨੇ ਤਾਂ ਉਹਨਾਂ ਨੂੰ ਰੋਕਿਆ ਨਾ ਕਰੋ। ਹਾਲਾਂਕਿ ਜੇਕਰ ਜ਼ਿਆਦਾ ਖਾਂਦੇ ਨੇ ਫਿਰ ਰੋਕਣਾ ਬਹੁਤ ਜ਼ਰੂਰੀ ਹੈ, ਪਰ ਜੇਕਰ ਕਦੇ ਕਦਾਈ ਖਾਂਦੇ ਨੇ ਤਾਂ ਉਹ ਕੁਰਕਰੇ ਹਾਨੀਕਾਰਕ ਨਹੀਂ ਹੈਗੇ। ਸੋ ਜੇਕਰ ਜਾਣਕਾਰੀ ਚੰਗੀ ਲੱਗੀ ਹੈ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਜਿਹੜਾ ਮਿੱਥ ਹੈ, ਇਹ ਵਹਿਮ ਹੈ, ਜੋ ਲੋਕਾਂ ਨੂੰ ਇਹ ਕਲੀਅਰ ਹੋ ਸਕੇ।